ਸਤਿ ਸ਼੍ਰੀ ਅਕਾਲ ਜੀ। ਲਓ ਜੀ ਵੀਰ ਜੀ, ਤੁਹਾਨੂੰ ਆਪਾਂ ਤਾਂ ਅੱਜ ਇਟਲੀ ਦੀ ਸੈਰ ਕਰਾਉਂਦੇ ਹਾਂ, ਠੀਕ ਆ। ਆਹ ਵੇਖੋ ਜੀ, ਆਹ ਬੱਸ ਵਿੱਚ ਬੈਠੇ ਹਾਂ ਅਤੇ ਕਿਤੇ ਜਾ ਰਹੇ ਹਾਂ, ਠੀਕ ਆ। ਬੱਸ ਵੇਖੋ ਕਿੱਡੀ ਸੋਹਣੀ ਆ, ਜਹਾਜ਼ ਵਰਗੀ ਬੱਸ ਹੈ ਜੀ, ਜਹਾਜ਼ ਵਰਗੀ। ਵੇਖੋ ਕਿੱਡਾ ਸੋਹਣਾ ਸਾਰਾ ਮੌਸਮ, ਇੱਥੇ ਪਹਾੜੀਆਂ ਗੱਡੀਆਂ ਸੋਹਣੀਆਂ ਸੋਹਣੀਆਂ, ਠੀਕ ਹੈ ਜੀ। ਵਿਖਾਈਏ ਤੁਹਾਨੂੰ ਹੁਣ ਆਪਾਂ ਇੱਕ ਮਿੰਟ, ਤੁਹਾਨੂੰ ਇੱਧਰ ਘੁੰਮਾ ਕੇ ਦਿਖਾਈਏ। ਆਹ ਵੇਖੋ ਵੀਰ, ਪਹਾੜੀ ਕਿੱਡੀ ਸੋਹਣੀ ਪਹਾੜੀ ਹੈ, ਵੇਖਣ ਦਾ ਹੀ ਮਜ਼ਾ ਆ ਜਾਂਦਾ। ਵੈਸੇ ਵੀ ਇਟਲੀ ਨੂੰ ਕਹਿੰਦੇ ਆ ਕਿ ਹਰਿਆਲੀ ਦਾ ਇੱਕ ਦੇਸ਼ ਕਿਹਾ ਗਿਆ ਵਾ, ਅਤੇ ਬਾਕੀ ਸਹੀ ਗੱਲ ਹੈ, ਇਹ ਇੱਕ ਵਾਕੇ ਹਰਿਆਲੀ ਦਾ ਇੱਕ ਦੇਸ਼ ਗਿਣਿਆ ਜਾਂਦਾ ਵਾ, ਠੀਕ ਹੈ ਜੀ। ਆਹ ਵੇਖੋ ਇਸੇ ਤਰੀਕੇ ਦੇ ਨਾਲ ਪਹਾੜੀਆਂ ਗੱਡੀਆਂ ਸੋਹਣੀਆਂ ਸੋਹਣੀਆਂ, ਉੱਚੀਆਂ ਉੱਚੀਆਂ, ਬੜਾ ਮਜ਼ਾ ਆਉਂਦਾ ਘੁੰਮਣ ਦਾ ਇੱਥੇ। ਆਹ ਵੇਖੋ ਜੀ, ਠੀਕ ਹੈ ਜੀ। ਆਹ ਵੇਖੋ ਜੀ, ਆਹ ਬੱਸ 'ਚ ਬੈਠੇ ਹਾਂ, ਏ ਸੀ ਬੱਸ ਆ, ਬਹੁਤ ਸੋਹਣੀ। ਹਾਂ, ਏ ਸੀ ਲੱਗਾ ਹੈ। ਇੱਧਰ ਦੇਖੋ ਉੱਪਰਲੇ ਬੰਨਿਓ ਠੰਡੀ ਠੰਡੀ ਹਵਾ ਆਉਂਦੀ ਆ, ਇਹਨੂੰ ਘੁੰਮਾ ਕੇ, ਠੀਕ ਹੈ ਵੀਰ ਜੀ। ਲਓ ਜੀ, ਮੈਂ ਕਿਹਾ ਚਲੋ ਆਪਣੇ ਯਾਰਾਂ ਦੋਸਤਾਂ ਨੂੰ ਥੋੜ੍ਹਾ ਜਿਹਾ ਕੁਛ ਦਿਖਾਇਆ ਜਾਵੇ, ਹਮੇਸ਼ਾ ਪੇਪਰਾਂ ਬਾਰੇ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ। ਇਸੇ ਤਰੀਕੇ ਦੇ ਨਾਲ ਵੇਖੋ ਵੀਰ ਜੀ, ਆਹ ਸਾਰੇ ਉਹ ਵੇਖੋ ਉਹ ਰੈਸਟੋਰੈਂਟ ਰਹਿ ਗਿਆ, ਜਿਸ ਤਰ੍ਹਾਂ ਆਪਣੇ ਇੰਡੀਆ ਦੇ ਵਿੱਚ ਆਪਾਂ ਜਾਂਦੇ ਹੀ ਢਾਬੇ ਨਹੀਂ ਹੁੰਦੇ, ਉਸ ਤਰ੍ਹਾਂ ਉਹ ਢਾਬਾ ਹੀ ਇੱਕ ਸਾਲ ਦਾ ਇੱਥੋਂ ਦਾ ਪਿੱਛੇ ਰਹਿ ਗਿਆ, ਠੀਕ ਹੈ ਜੀ। ਬਸ ਉਹ ਇੱਕ ਸਭ ਤੋਂ ਉੱਚੀ ਪਹਾੜੀ ਤੁਹਾਨੂੰ ਹੋਰ ਦਿਖਾਈਏ, ਕਿੱਡੀ ਸੋਹਣੀ ਹੈ ਇਕੱਲੀ, ਠੀਕ ਆ। ਆਹ ਕੰਬਾਈਨਾਂ ਕੰਬੂਨਾਂ ਲੱਗੀਆਂ ਇੱਥੇ, ਆਹ ਸਾਰਾ ਵੀਰ ਜੀ ਬਹੁਤ ਸੋਹਣਾ ਵਾ, ਬੜਾ ਮਜ਼ਾ। ਉਹ ਫੈਕਟਰੀ ਆ ਕੋਈ ਆ ਜਿਹੜੀ, ਠੀਕ ਹੈ ਜੀ, ਬੜੇ ਲੋਕਾਂ ਦੇ ਦਿਮਾਗ 'ਚ ਆਉਂਦਾ ਉੱਥੇ ਘਰੇ, ਉੱਥੇ ਇਕੱਲਾ ਪੈਲੀ ਦਾ ਹੀ ਕੰਮ ਆ ਜਾਂ ਅੰਗੂਰ ਤੋੜਨ ਦਾ ਹੀ ਆ। ਫੈਕਟਰੀਆਂ ਵੀਰ ਜੀ ਇੱਥੇ ਹੈਗੀਆਂ ਵਾ, ਸਭ ਕੁਛ ਹੈਗਾ, ਸਾਰੇ ਕੰਮ ਹੈਗੇ ਆ, ਠੀਕ ਆ। ਆਹ ਪਹਾੜੀ ਆ, ਇਹ ਹਜੋ ਨਹੀਂ ਬੱਸ 'ਤੇ ਜਾਣਦੇ ਨਾ, ਜਿਸ ਕਰਕੇ ਆਪਾਂ ਨੂੰ ਕਿਹੜੀ ਪਹਾੜੀ ਆ ਨਾ ਉਹ ਆਵੇ ਕੋ ਹਰਿਆਲੀ ਹਰਿਆਲੀ, ਠੀਕ ਹੈ ਜੀ। ਇੱਥੋਂ ਦੇ ਜਿਹੜੇ ਲੋਕ ਆ ਉਹ ਇਸ ਕਰਕੇ ਇੰਨਾ ਜ਼ਿਆਦਾ ਜਿਉਂਦੇ ਆ ਕਿ ਹਰਿਆਲੀ ਬਹੁਤ ਆ। ਆਹ ਵੇਖੋ ਬਹੁਤ ਮਜ਼ਾ ਆਉਂਦਾ ਵਾ, ਠੀਕ ਆ। ਆਹ ਵੇਖੋ ਪਹਾੜੀਆਂ ਕਿੱਡੀਆਂ ਸੋਹਣੀਆਂ ਸੋਹਣੀਆਂ, ਆਹ ਵੇਖੋ ਇਹ ਸਿਆਲ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਬਰਫ਼ ਪੈਂਦੀ ਹੈ, ਠੀਕ ਆ। ਇਹ ਪਹਾੜੀਆਂ ਜਿਹੜੀਆਂ ਇਹ ਢੱਕੀਆਂ ਹੁੰਦੀਆਂ ਵਾ, ਇਹ ਤੁਹਾਨੂੰ ਸਿਆਲ ਦੇ ਵਿੱਚ ਜਦੋਂ ਆਇਆ ਉਦੋਂ ਵੀ ਦਿਖਾਇਆ ਜਾਊਗਾ, ਪਰ ਫਿਲਹਾਲ ਗਰਮੀਆਂ 'ਚ ਤਾਂ ਵੇਖੋ, ਠੀਕ ਹੈ ਜੀ। ਆਹ ਸਾਰੀ ਇਹ ਵੈਸੇ ਕਿਸੇ ਨੇ ਘਰ 'ਚ ਬਣਾਇਆ ਛੋਟਾ ਜਿਹਾ, ਠੀਕ ਹੈ, ਰੈਸ਼ਨਿੰਗ ਹੀ ਵੈਸੇ ਹੀ ਹੈ, ਠੀਕ ਹੈ ਜੀ। ਇਸੇ ਤਰੀਕੇ ਦੇ ਨਾਲ ਲਓ ਜੀ, ਆ ਜੀ ਘਰ, ਆ ਘਰ 'ਚ ਲੋਕ ਹੀ ਗਿਆ ਯਾਰ, ਚਲੋ ਕੋਈ ਨਹੀਂ, ਠੀਕ ਹੈ ਵੀਰ ਜੀ। ਇਹ ਸਾਰਾ ਹੀ ਹੈ, ਬੜੀ ਸੜਕ ਤੱਕ ਜਾ ਰਹੀ ਹੈ ਬੱਸ ਪੂਰੀਆਂ ਸਪੀਡਾਂ ਦੇ ਵਿੱਚ, ਠੀਕ ਹੈ। ਇਹ ਬੱਸ 'ਚ ਬੈਠੇ, ਦੂਸਰਾ ਪਾਸਾ, ਠੀਕ ਹੈ। ਅਸੀਂ ਦੇਖਣਾ ਵੀਰ ਜੀ, ਆਪਾਂ ਤੁਹਾਨੂੰ ਪਹੁੰਚ ਗਏ ਅਤੇ ਜਿਹੜੀ ਆ ਅਸੀਂ ਚੱਲੇ ਹੁਣ ਮੇਨ ਸ਼ਹਿਰ ਦੇ ਵਿੱਚ, ਫਿਰ ਤੁਹਾਨੂੰ ਸ਼ਹਿਰ ਦੇ ਵਾਲੀ ਥੋੜ੍ਹੀ ਵੀਡੀਓ ਬਣਾ ਕੇ ਦਿਖਾਵਾਂਗੇ। ਫਿਲਹਾਲ ਇਹ ਪਿੰਡਾਂ ਪੁੰਡਾਂ ਵੀ ਬਣਦੇ ਹੀ ਆ, ਠੀਕ ਹੈ ਜੀ। ਉਹ ਸਿਹਰੇ ਜਿਹੜੇ ਪੈਲੀ ਵਾਲੇ ਕੰਮ ਉਹ ਮੇਰੇ ਵੀਰ ਕਰਦੇ ਆ, ਠੀਕ ਹੈ ਜੀ। ਆਹ ਸਾਰੀਆਂ, ਹਾਂ ਵੇਖੋ ਗਾਵਾਂ ਵੀ ਹੈਗੀਆਂ ਕਿੱਥੇ, ਆਹ ਉਹ ਗਾਵਾਂ ਵੀ ਆ ਗਈਆਂ ਵੀ ਫਿਰ ਲੰਘ ਗਈਆਂ ਯਾਰ। ਉਹ ਵੀਰ ਜੀ ਗਾਵਾਂ ਹੀ, ਗਾਵਾਂ ਦਾ ਬਲਕਿ ਸਟਾਲਾ ਨਹੀਂ ਹੁੰਦਾ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ, ਹੈ ਨਾ, ਉਹ ਹੀ ਉੱਥੇ ਕਿ ਬਿਲ ਕੀ ਕਹਿੰਦੇ ਹੁੰਦੇ ਉਹਨੂੰ ਆਪਾਂ, ਡੇਅਰੀ ਫਾਰਮ ਹੀ, ਠੀਕ ਹੈ ਜੀ। ਓਕੇ ਜੀ, ਚਲੋ ਜੀ, ਹੁਣ ਤਾਂ ਨੈਕਸਟ ਟਾਈਮ ਜਿਹੜੀ ਅਗਲੀ ਆ ਉਹ ਤੁਹਾਨੂੰ ਸ਼ਹਿਰ ਦੀ ਥੋੜ੍ਹੀ ਜਿਹੀ ਵੀਡੀਓ ਬਣਾ ਕੇ ਦਿਖਾਵਾਂਗੇ। ਉਹਨੇ ਚਿਰ ਵਾਸਤੇ ਸਤਿ ਸ਼੍ਰੀ ਅਕਾਲ, ਬਾਏ, ਟੇਕ ਕੇਅਰ। ਓਕੇ, ਆਹ ਪੈਲੀਆਂ ਵੀਰ ਜੀ, ਠੀਕ ਹੈ ਜੀ, ਆਹ ਵੇਖ ਲਓ ਪੈਲੀਆਂ, ਠੀਕ ਆ। ਪਹਾੜਾਂ ਦੇ ਉੱਤੇ ਇਹਨਾਂ ਨੇ ਪੈਲੀਆਂ ਬਣਾਈਆਂ ਵਾ, ਆਪਣੇ ਵਾਂਗੂ ਇੰਡੀਆ ਵਿੱਚ ਨਹੀਂ ਗਾ ਕਿ ਪੱਧਰੀ ਪੈਲੀ ਆ ਬਹੁਤ ਵਧੀਆ, ਇੱਥੇ ਪੱਧਰੀ ਪੈਲੀ ਵੀ ਹੈਗੀ ਆ ਪਰ ਪਹਾੜੀ ਜਿਹੜੀ ਆ ਉਹ ਜ਼ਿਆਦੀਆਂ ਵਾ, ਠੀਕ ਹੈ ਜੀ।